You are watching Punjabi Whiteboard Channel. ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਨੰਦ ਲਾਲ ਨੂਰਪੁਰੀ ਦੀ ਕਵਿਤਾ ਨਿਰਧਨ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਹੋਵੇਗੀ ਅਤੇ ਪ੍ਰਸ਼ਨਾਂ ਦੇ ਉੱਤਰ ਵੀ ਹੋਣਗੇ ਸੋ ਸਭ ਤੋਂ ਪਹਿਲਾਂ ਨੰਦ ਲਾਲ ਨੂਰਪੁਰੀ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਨੰਦ ਲਾਲ ਨੂਲਪੂਰੀ ਦਾ ਜਨਮ 1906 ਈਸਵੀ ਵਿੱਚ ਨੂਰਪੁਰ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਬਿਸ਼ਨ ਸਿੰਘ ਤੇ ਮਾਤਾ ਦਾ ਨਾਮ ਹੁਕਮਦੇਵੀ ਸੀ। ਉਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਤੋਂ ਸਿੱਖਿਆ ਹਾਸਲ ਕੀਤੀ। ਨੂਰਪੂਰੀ ਦੀ ਪਹਿਲੀ ਰਚਨਾ ਨੂਰਪੂਰੀਆ ਨਾਂ ਹੈ। ਇਹ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਛਪੀ ਸੀ। ਉਸ ਤੋਂ ਬਾਅਦ ਵੰਗਾ ਜਿਉਂਦਾ ਪੰਜਾਬ ਨੂਰਪੂਰੀ ਦੇ ਗੀਤ, ਸੁਗਾਤ ਆਦਿ ਕਾਵ ਤੇ ਗੀਤ ਸੰਗ੍ਰਹਿ ਉਹਨਾਂ ਦੇ ਛਪੇ। ਪਾਸ਼ਾ ਵਿਆਕ ਪੰਜਾਬ ਨੇ ਸੁਗਾਤ ਨੂੰ ਇੱਕ ਉੱਤਮ ਰਚਨਾਵੱਜੋ ਸਨਮਾਨਿਤ ਕੀਤਾ ਨੂਰਪੁਰੀ ਨੇ ਕਵਿਤਾ ਗੀਤ ਗਜਲ ਆਦਿ ਕਈ ਕਾਵ ਰੂਪਾਂ ਤੇ ਹੱਥ ਅਜਮਾਇਆ ਪੰਜਾਬੀ ਜੀਵਨ ਰਹਿਣੀ ਬਹਿਣੀ ਅਤੇ ਇਥੋਂ ਦੇ ਛੈਲ ਗੱਬਰੂਆਂ ਤੇ ਬਾਂਕੀਆਂ ਮੁਟਿਆਰਾਂ ਦੇ ਵਰਣਨ ਵਿੱਚ ਉਹਨਾਂ ਦਾ ਕੋਈ ਮੇਲ ਨਹੀਂ ਹੋਇਆ ਉਹਨਾਂ ਦੇ ਰੋਮਾਂਚਕ ਗੀਤਾਂ ਦੇ ਨਾਲ ਨਾਲ ਦੇਸ਼ ਭਗਤੀ ਸਮਾਜਿਕ ਚੇਤਨਤਾ ਅਤੇ ਧਾਰਮਿਕ ਭਾਵਨਾਵਾਂ ਵਾਲੇ ਗੀਤ ਵੀ ਲਿਖੇ ਉਨ੍ਹਾਂ ਦੀ ਭਾਸ਼ਾ ਬੜੀ ਸਰਲ ਤੇ ਸੁਭਾਵਿਕ ਹੈ। ਅਨੰਦ ਲਾਲ ਨੂਰਪੂਰੀ ਨੂੰ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਕਵਿਤਾ ਨਿਰਦਨ ਇਸ ਕਵਿਤਾ ਦਾ ਇੱਕ ਪਾਠ ਦੇਖਦੇ ਹਾਂ ਪਾਠ ਕਰਨ ਤੋਂ ਬਾਅਦ ਫਿਰ ਇਸ ਕਵਿਤਾ ਦੀ ਵਿਆਖਿਆ ਕਰਾਂਗੇ। ਦਹਾਤੇ ਦੀਆਂ ਬੇਪਰਵਾਹਾਂ ਤੋਂ ਦਹਾਤੇ ਦੀਆਂ ਬੇਪਰਵਾਹਾਂ ਤੋਂ ਤੂੰ ਬੇਪਰਵਾਹ ਡਰੇ ਹਾਂ ਤੂੰ ਹਰ ਦਮ 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 ਕਰਦਾ ਏ ਦਮ ਦੇਣੇ ਤੇ ਦਮ ਭਈ ਆਕ ਚਾਂਦੀ ਦੀਆਂ ਣਕਣ ਠੀਕਰੀਆਂ ਤੂੰ ਰਾਤ ਦਿਨੇ ਨਾਮ ਰਿਆ ਕਰ ਉਹ ਫਲ ਵਿੱਚ ਜੜ ਥਲ ਕਰ ਦੇਂਦਾ ਐਸਾ ਕਰ ਸੋਚ ਕੇ ਕਰਿਆ ਕਰ ਏ ਦੁਨੀਆ ਤਿਲਕਣ ਬਾਧੀ ਏ ਐ ਨਾ ਤਿਲਕਣ ਬਾਤੀ ਤੂੰ ਬਹਿਰ ਸੋਚ ਕੇ ਧਰਿਆ ਕਰ ਕਿਸ ਨਿਰਤਨ ਆਤਰ ਦਿਖੀਏਂ ਉਜ ਭਾਰ ਵੀ ਹੋੜਾ ਕਰਿਆ ਕਿਸ ਨਿਰਤਨ ਆਤਰ ਦਿਖੀਏਂ ਉਜ ਭਾਰ ਵੀ ਹੋੜਾ ਕਰਿਆ ਐ ਉਸਤਾ ਦੇ ਦੀ ਨਗਰੀ ਐ ਏ ਉਸ ਦੱਤੇ ਦੀ ਨਗਰੀ ਏ ਤੂੰ ਜਿਸ ਨਗਰੀ ਵਿੱਚ ਵਸਦਾ ਏ ਨੀ ਕਰਿਆ ਵੇਖ ਗਵਾਂਢੀ ਨਿਤ ਹੁਬਦਾ ਏ ਨਿਤ ਹਸਦਾ ਏ ਬੂਹੇ ਤੇ ਆਏ ਫਕੀਰ ਹਾਂ ਨੂੰ ਔਖੇ ਤੇ ਨੰਗੇ ਤਸਦਾ ਏ ਮਾਰੇ ਦੀਆਂ ਹੱਡੀਆਂ ਪੀਣਾ ਏ ਤਕੜੇ ਦੀਆਂ ਟਲੀਆਂ ਚਸਦਾ ਏ ਤਕੜੇ ਦੀ ਜੇਕਰ ਜਾਂਦਾ ਏ ਤਕੜੇ ਦੀ ਜੇਕਰ ਜਾਂਦਾ ਮਾਣੇ ਦੀ ਵੀ ਜਰਿਆ ਕਰ ਕਿਸ ਨਿਰਤਨ ਆ ਤੇਰ ਦੁਖੀਏ ਨਾ ਕੁਝ ਭਾਰ ਵੀ ਹੋੜਾ ਕਰਿਆ ਕਰ ਤੂੰ ਬੰਦਾ ਏ ਬੰਦਾ ਏ ਦੋਹਾਂ ਨੇ ਇੱਥੇ ਹੀ ਰਹਿਣਾ ਏ ਤੂੰ ਤਕੜਾ ਸਹੀ ਏ ਮਾੜਾ ਸੇ ਕੰਮ ਮਾੜੇ ਨਾਲ ਵੀ ਪੈਣਾ ਏ ਤੇਰੇ ਗਲ ਚਿੱਟਾ ਕੁੜਤਾ ਜੇ ਕੋਈ ਐਨੇ ਲਾਣਾ ਲੈਣਾ ਏ ਮਿੱਟੀ ਏ ਤੂੰ ਵਿੱਚ ਰੰਗਾਂ ਪੈਣਾਂ ਓਏ ਹਰ ਹਰ ਦੇ ਵਿੱਚ ਵਸਦਾ ਏ ਓ ਹਰ ਹਰ ਦੇ ਵਿੱਚ ਵਸਦਾ ਏ ਤੂੰ ਹਰ ਦੇ ਕੋਲੋਂ ਹਰਿਆ ਕਰ ਕਿਸੇ ਨਿਰਤਨ ਯਾਤਰੀ ਤੇ ਨਾ ਕੁਝ ਪਾਰ ਵਿਹੋੜਾ ਕਰਿਆ ਕਿਸੇ ਨਿਰਤਨ ਯਾਤਰੀ ਤੇ ਤੂੰ ਜੀਦਾ ਕੁਝ ਪਾਰ ਵਿਹੋੜਾ ਕਰਿਆ ਸੋ ਏਸੀਜੀ ਕਵਿਤਾ ਨਿਰਧਨ ਦਾ ਇੱਕ ਪਾਠ ਪਾਠ ਤੋਂ ਬਾਅਦ ਆਓ ਇਸ ਕਵਿਤਾ ਦੀ ਵਿਆਖਿਆ ਦੇਖਦੇ ਹਾਂ ਦਾਤਾ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ ਕਵੀ ਕਹਿੰਦਾ ਹੈ ਕਿ हे ਬੇਪਰਵਾਹ ਮਨੁੱਖ ਤੈਨੂੰ ਉਸ ਪ੍ਰਮਾਤਮਾ ਦੀਆਂ ਬੇਪਰਵਾਹੀਆਂ ਕੋਲੋਂ ਡਰ ਕੇ ਰਹਿਣਾ ਚਾਹੀਦਾ ਹੈ ਤੂੰ ਹਰਦਮ ਦਮ ਦਮ ਕਰਦਾ ਏ ਦਮ ਦੇਣੇ ਨੇ ਦਮ ਭਰਿਆ ਕਰ ਕਵੀ ਨੇ ਇੱਥੇ ਦਮ ਸ਼ਬਦ ਦਾ ਬਹੁਤ ਹੀ ਸੋਹਣਾ ਪ੍ਰਯੋਗ ਕੀਤਾ ਹੈ ਜਮਕ ਅਲੰਕਾਰ ਹੈ ਪਹਿਲਾ ਹਰ ਦਮ ਇੱਥੇ ਦਮ ਦਾ ਅਰਥ ਹੈ ਹਰ ਵੇਲੇ ਦੂਜਾ ਦਮ 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 ਤੋਂ ਦਮੜੀ ਭਾ ਪੈਸਾ ਪੈਸਾ ਤੀਜਾ ਹੈ ਦਮ ਦੇਣੇ ਨੇ ਭਾਵ ਉਸ ਪ੍ਰਮਾਤਮਾ ਨੂੰ ਤੇਰੇ ਸਾਹ ਲੈ ਲੈਣੇ ਨੇ ਉਸ ਨੂੰ ਤੈਨੂੰ ਸਾਹ ਦੇਣੇ ਪੈਣੇ ਹੈ ਇਸ ਕਰਕੇ ਕਨੈਕਟ ਦੇ ਤੈਨੂੰ ਮੌਤ ਆ ਜਾਣੀ ਹੈ ਦਮ ਭਰਨਾ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੁੰਦਾ ਹੈ ਵਿਸ਼ਵਾਸ ਕਰਨਾ ਜਾਂ ਗੁਣਗਾਨ ਕਰਨਾ ਸੋ ਇਸ ਪੰਕਤੀ ਦੇ ਅਰਥ ਨੇ ਕਿ हे ਮਨੁੱਖ ਤੂੰ ਹਰਦਮ ਪੈਸਾ ਪੈਸਾ ਕਰਦਾ ਰਹਿੰਦਾ ਹੈ ਤੈਨੂੰ ਇਹ ਗੱਲ ਵੀ ਚੇਤੇ ਰੱਖਣੀ ਹੈ ਕਿ ਤੈਨੂੰ ਇੱਕ ਨਾ ਇੱਕ ਦਿਨ ਮੌਤ ਵੀ ਆਉਣੀ ਹੈ ਤੇ ਤੂੰ ਉਸ ਦੀ ਤਿਆਰੀ ਲਈ ਉਸ ਪ੍ਰਮਾਤਮਾ ਦਾ ਜਿਹੜਾ ਗੁਣਗਾਨ ਕਰਿਆ ਕਰ ਚਾਂਦੀ ਦੀਆਂ ਗਿਣਗਣ ਠੀਕਰੀਆਂ ਤੂੰ ਰਾਤ ਦਿਨੇ ਨਾ ਮਰਿਆ ਕਰ ਤੂੰ ਪੈਸੇ ਪਿੱਛੇ ਮੁਨੱਖ ਮਰਦਾ ਹੈ ਦੀਆਂ ਠੀਰੀਆਂ ਤੋਂ ਭਾਵ ਰੁਪਏ ਪੈਸੇ ਤੋਂ ਹੈ ਤੂੰ ਉਹਦੇ ਪਿੱਛੇ ਸਾਰਾ ਦਿਨ ਉਹਨਾਂ ਨੂੰ ਇਕੱਠਾ ਕਰਨ ਦੇ ਵਿੱਚ ਲੱਗਿਆ ਰਹਿੰਦਾ ਹੈ ਪ੍ਰਮਾਤਮਾ ਦੇ ਵੱਲ ਚੰਗੇ ਕੰਮ ਵੱਲ ਤੇਰਾ ਧਿਆਨ ਨਹੀਂ ਹੈ ਉਹ ਪਲ ਵਿੱਚ ਜਲ ਥਲ ਕਰ ਦਿੰਦਾ ਇਹ ਸਾਗਰ ਸੋਚ ਕੇ ਤਰਿਆ ਕਰ ਤੈਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਿਹੜਾ ਪ੍ਰਮਾਤਮਾ ਹੈ ਉਹ ਪਲਾਂ ਦੇ ਵਿੱਚ ਹੀ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ ਜਲ ਨੂੰ ਥਲ ਦੇ ਵਿੱਚ ਬਦਲ ਦਿੰਦਾ ਥਲ ਨੂੰ ਜਲ ਦੇ ਵਿੱਚ ਬਦਲ ਦਿੰਦਾ ਹੈ ਇਸ ਕਰਕੇ ਇਹ ਦੁਨੀਆ ਰੂਪੀ ਸਾਗਰ ਤੈਨੂੰ ਸੋਚ ਸਮਝ ਕੇ ਇਸ ਵਿੱਚ ਰਹਿਣਾ ਚਾਹੀਦਾ ਇਸ ਨੂੰ ਤਰਨਾ ਚਾਹੀਦਾ ਹੈ ਇਹ ਦੁਨੀਆ ਤਿਲਕਣ ਬਾਜੀ ਏ ਤੂੰ ਪੈਰ ਸਮਝ ਕੇ ਧਰਿਆ ਕਰ ਤੈਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਮਨੁੱਖ ਕਿ ਦੁਨੀਆ ਵਿੱਚ ਕੁਝ ਵੀ ਟਿਕਾਊ ਨਹੀਂ ਹੈ ਇਹ ਧਰਤੀ ਇੱਕ ਤਿਲਕਣਵਾਜੀ ਹੈ ਇਸ ਲਈ ਤੈਨੂੰ ਸੋਚ ਸਮਝ ਕੇ ਇੱਥੇ ਪੈਰ ਰੱਖਣਾ ਚਾਹੀਦਾ ਹੈ ਕਿਸੇ ਨਿਰਦਨ ਆਤੁਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ ਤੈ ਤੂੰ ਜਿਹੜਾ ਪੈਸਾ ਇਕੱਠਾ ਕਰਦਾ ਹੈ ਸਿਰਫ ਇਹ ਹੀ ਕਾਫੀ ਨਹੀਂ ਹੈ اے ਮਨੁੱਖ ਤੈਨੂੰ ਕਿਸੇ ਗਰੀਬ ਆਤੁਰ ਕਹਿੰਦੇ ਨੇ ਵਿਆਕੁਲ ਲਾਚਾਰ ਮਜਬੂਰ ਦੁਖੀਆ ਦੀਨ ਅਜਿਹੇ ਲੋਕਾਂ ਦਾ ਤੈਨੂੰ ਸਾਥ ਦੇਣਾ ਚਾਹੀਦਾ ਹੈ ਜੇ ਇਹ ਲੋਕਾਂ ਦੀ ਤੈਨੂੰ ਮਦਦ ਕਰਨੀ ਚਾਹੀਦੀ ਹੈ ਗਰੀਬ ਤੇ ਜੋ ਲਾਚਾਰ ਹਨ ਦੁਖੀ ਹਨ ਉਹਨਾਂ ਦੀ ਤੈਨੂੰ ਮਦਦ ਵੀ ਕਰਨੀ ਚਾਹੀਦੀ ਹੈ ਇਸ ਦਾ ਦੂਸਰਾ ਕਾਵੰਦ ਹੈ ਉਹ ਜੇਕਰ ਤਖਤ ਵਿਠਾਉਂਦਾ ਏ ਕਾਸੇ ਵੀ ਹੱਥ ਫੜਾਉਂਦਾ ਏ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ हे ਬੇਪਰਵਾ ਮਨੁੱਖ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਪ੍ਰਮਾਤਮਾ ਕਿਸੇ ਨੂੰ ਤਖਤ ਤੇ ਬਿਠਾਉਂਦਾ ਹੈ ਤਾਂ ਉਹੀ ਹੱਥ ਵਿੱਚ ਕਾਸੇ ਵੀ ਫੜਾ ਦਿੰਦਾ ਹੈ ਕਾਸਾ ਫੜਨਾ ਕਾਸਾ ਅਸਲ ਦੇ ਵਿੱਚ ਜਿਹੜੇ ਮੰਗਣ ਵਾਲੇ ਲੋਕ ਨੇ ਉਹਨਾਂ ਕੋਲੇ ਫੜਿਆ ਹੁੰਦਾ ਹੈ ਕਮੰਡਲ ਜੋ ਕਹਿੰਦਾ ਕਵੀ ਕਹਿ ਰਿਹਾ ਹੈ ਕਿ ਜੇਕਰ ਪ੍ਰਮਾਤਮਾ ਕਿਸੇ ਨੂੰ ਅਮੀਰ ਬਣਾ ਸਕਦਾ ਹੈ ਤਾਂ ਉਹ ਭਖਿਆ ਭਿਖਾਰੀ ਵੀ ਬਣਾ ਸਕਦਾ ਹੈ ਮਖਮਲ ਦੇ ਕੂਲੇ ਕੁਰਤੇ ਚੋਂ ਤੰਦਾਂ ਦੇ ਸੱਪ ਲੜਾਉਂਦਾ ਹੈ ਉਹ ਮਖਮਲ ਦੇ ਕੱਪੜੇ ਜਿਨ੍ਹਾਂ ਨੂੰ ਮਨੁੱਖ ਤੂੰ ਵਧੀਆ ਸਮਝਦਾ ਹੈ ਉਸ ਵਿੱਚ ਆਰਾਮ ਮਹਿਸੂਸ ਕਰਦਾ ਹੈ ਪਰਮਾਤਮਾ ਉਹਨਾਂ ਦੇ ਕੱਪੜੇ ਦੇ ਤੰਦਾਂ ਨੂੰ ਸੱਪ ਬਣਾ ਕੇ ਵੀ ਲੜਾ ਸਕਦਾ ਹੈ ਰਖਸ਼ੇ ਦੇ ਹੰਬੇ ਕੁੱਲੀਆਂ ਨੂੰ ਉਹ ਸ਼ਾ ਅਸਵਾਰ ਬਣਾਉਂਦਾ ਹੈ ਜਿਹੜੇ ਲੋਕ ਗਰੀਬ ਹਨ ਰਕਸ਼ਾ ਆਦ ਚਲਾਉਂਦੇ ਹਨ ਹੰਬੇ ਹੋਏ ਭਾਰ ਚੁੱਕਦੇ ਹੋਏ ਕੁੱਲੀ ਹਨ ਅਜਿਹੇ ਲੋਕਾਂ ਨੂੰ ਵੀ ਅਗਰ ਪਰਮਾਤਮਾ ਚਾਹੇ ਤਾਂ ਸਾ ਅਸਵਾਰ ਬਣਾ ਸਕਦਾ ਹੈ ਭਾਵ ਉੱਚਾ ਚੁੱਕ ਸਕਦਾ ਹੈ ਗਧਿਆਂ ਦੀਆਂ ਛੱਟਾਂ ਪਾ ਪਾ ਕੇ ਛੇਰਾਂ ਨੂੰ ਕਾ ਖਵਾਉਂਦਾ ਹੈ ਉਹ ਪਰਮਾਤਮਾ ਜਿਹੜਾ ਹੈ ਛੇਰਾਂ ਤੇ ਗਧਿਆਂ ਦੀਆਂ ਛੱਟਾਂ ਪਾ ਦਿੰਦਾ ਹੈ ਤੇ ਉਹਨਾਂ ਨੂੰ ਵੀ ਕਾ ਖਾਣ ਤੇ ਮਜਬੂਰ ਕਰ ਦਿੰਦਾ ਹੈ ਦੁਨੀਆਂ ਦੇ ਖੂਨ ਪਸੀਨੇ ਦੇ ਨਾ ਰਾਤ ਦਿਨੇ ਘੁੱਟ ਭਰਿਆ ਕਰ ਤੈਨੂੰ ਮਨੁੱਖ ਹਰ ਵੇਲੇ ਗਰੀਬਾਂ ਦਾ ਖੂਨ ਪਸੀਨਾ ਉਸ ਦੇ ਘੁੱਟ ਨਹੀਂ ਪਰਨੇ ਚਾਹੀਦੇ ਹੱਕ ਦੀ ਕਮਾਈ ਹੈ ਜਿਹੜੀ ਉਹ ਖਾਣੀ ਚਾਹੀਦੀ ਹੈ ਤੈਨੂੰ ਅਜਿਹੇ ਲੋਕਾਂ ਦੇ ਮਿਹਨਤ ਕਸ਼ ਲੋਕਾਂ ਦੇ ਦੁੱਖ ਦਰਦ ਵੰਡਾਉਣੇ ਚਾਹੀਦੇ ਹਨ ਕਿਸੇ ਨਿਰਦਨ ਆਤੁਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ ਇਹ ਮਨੁੱਖ ਤੂੰ ਆਪਣੇ ਕਰਮਾਂ ਦਾ ਵੱਲ ਧਿਆਨ ਕਰ ਚੰਗੇ ਕਰਮ ਕਰ ਤੇ ਚੰਗੇ ਕਰਨੋ ਕਰਨ ਵਾਲੇ ਜਿਹੜੇ ਮਨੁੱਖ ਨੇ ਉਹਨਾਂ ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਇਸ ਕਰਕੇ ਤੈਨੂੰ ਗਰੀਬ ਦੁਖੀ ਵਿਆਕਲ ਮਜਬੂਰ ਲੋਕਾਂ ਦਾ ਜਿਹੜਾ ਹੈ ਦੁੱਖ ਦਰਦ ਵੰਡਾਉਣਾ ਚਾਹੀਦਾ ਹੈ ਇਹ ਤੇਰੇ ਪੁੱਤਰ ਵਰਗਾ ਹੀ ਜਿਸਨੂੰ ਤੂੰ ਝਿੜਕੀ ਜਾਣਾ ਹੈ ਇਹ ਮਨੁੱਖ ਜਿਸਨੂੰ ਤੂੰ ਝਿੜਕ ਰਿਹਾ ਹੈ ਜਿਸਨੂੰ ਤੂੰ ਮੇਨੇ ਮਾਰ ਰਿਹਾ ਹੈ ਜਿਸ ਉੱਤੇ ਤੂੰ ਗੁੱਸੇ ਹੋ ਰਿਹਾ ਹੈ ਉਹ ਬੱਚਾ ਵੀ ਤੇਰੇ ਪੁੱਤਰਾਂ ਵਰਗਾ ਹੀ ਹੈ ਭਗਵਾਨ ਇਹਦੇ ਵਿੱਚ ਵਸਦਾ ਏ ਭਗਵਾਨ ਨੂੰ ਕਿਉਂ ਦਬਕਾਨਾ ਹੈ ਇਹ ਅਕਸਰੀ ਕਿਹਾ ਜਾਂਦਾ ਕਿ ਬੱਚਿਆਂ ਦੇ ਵਿੱਚ ਰੱਬ ਵਸਦਾ ਹੈ ਇਹ ਇਸ ਕਰਕੇ ਤੈ ਤੂੰ ਜਦੋਂ ਇਸ ਬੱਚੇ ਨੂੰ ਝਿੜਕ ਰਿਹਾ ਹੈ ਇਸ ਵਿੱਚ ਵੀ ਪ੍ਰਮਾਤਮਾ ਦਾ ਵਾਸਾ ਹੈ ਤੇ ਜੇਕਰ ਤੂੰ ਇਸ ਬੱਚੇ ਨੂੰ ਦਬਕਾਰ ਰਿਹਾ ਹੈ ਇਹਦਾ ਮਤਲਬ ਤੂੰ ਉਸ ਪ੍ਰਮਾਤਮਾ ਨੂੰ ਦਬਕਾਰ ਰਿਹਾ ਹੈ ਇਸੇ ਦੇ ਪਿਓ ਦਾ ਕਰਮਾਇਆ ਹੀ ਜੋ ਅੰਦਰ ਵੜ-ਵੜ ਖਾਣਾ ਹੈ ਕਹਿੰਦਾ ਕਿ ਜਿਹੜੀ ਕਮਾਈ ਹੈ ਤੇਰੀ ਜਿਸ ਨੂੰ ਤੂੰ ਅੰਦਰ ਵੜ-ਵੜ ਕੇ ਖਾ ਰਿਹਾ ਹੈ ਉਹ ਇਸੇ ਦੇ ਪਿਓ ਦਾ ਕਮਾਇਆ ਹੋਇਆ ਹੈ ਆਪਣੇ ਹੀ ਹੀਰ ਕਹਿ ਕਹਿ ਕੇ ਆਪਣੇ ਨੂੰ ਹੀਰ ਕਹਿ ਕਹਿ ਕੇ ਬੋਝੇ ਵਿੱਚ ਹੀਰੇ ਪਾਨਾ ਹੈ ਤੂੰ ਤਾਂ ਸਭ ਨੂੰ ਆਖਦਾ ਕਿ ਮੈਂ ਤਾਂ ਵਧੀਆ ਬੰਦਾ ਹਾਂ ਹੀਰੇ ਵਰਗਾ ਹਾਂ ਤੇ ਦੂਜਿਆਂ ਦੇ ਹੀਰੇ ਰੂਪੀ ਕਮਾਈ ਨੂੰ ਆਪਣੇ ਕੋਲ ਰੱਖਦਾ ਹੈ ਅਸਲ ਦੇ ਵਿੱਚ ਜਿਹੜੇ ਹੀਰੇ ਮਨੁੱਖ ਹੁੰਦੇ ਹਨ ਚੰਗੇ ਮਨੁੱਖ ਹੁੰਦੇ ਹਨ ਉਹ ਦੂਜੇ ਦਾ ਕਿਸੇ ਦਾ ਹੱਕ ਨਹੀਂ ਮਾਰਦੇ ਕੁਦਰਤ ਦੀ ਏ ਸੰਗੂਰੀ ਨੂੰ ਤੂੰ ਪਸ਼ੂਆਂ ਵਾਂਗ ਨੱਚ ਰਿਆ ਕਰ ਗਰੀਬਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਬੱਚਿਆਂ ਰੂਪੀ ਅੰਗੂਰੀ ਨੂੰ ਤੂੰ ਪਸ਼ੂਆਂ ਦੇ ਵਾਂਗ ਚਰ ਕੇ ਜਿਹੜਾ ਹੈ ਇਹਨਾਂ ਨੂੰ ਜਿਹੜਾ ਇਹਨਾਂ ਉੱਤੇ ਜ਼ੁਲਮ ਨਾ ਕਰ ਭਾਵ ਗਰੀਬਾਂ ਨੂੰ ਮਨੁੱਖ ਤੈਨੂੰ ਇਸ ਤਰ੍ਹਾਂ ਲੁੱਟਣਾ ਨਹੀਂ ਚਾਹੀਦਾ ਉਹਨਾਂ ਦਾ ਹੱਕ ਤੈਨੂੰ ਅਦਾ ਕਰਨਾ ਚਾਹੀਦਾ ਹੈ ਕਿਸੇ ਨਿਰਦਨ ਆਤੁਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ ਇਸ ਤਰ੍ਹਾਂ ਤੈਨੂੰ ਕਦੀ ਵੀ ਲਚਾਰ ਦੁਖੀਏ ਮਨੁੱਖ ਦਾ ਦੁੱਖ ਜਿਹੜਾ ਹੈ ਬਣਾਉਣਾ ਚਾਹੀਦਾ ਹੈ ਘਟਾਉਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਲਚਾਰੀ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਇਹ ਉਸ ਦਾਤੇ ਦੀ ਨਗਰੀ ਏ ਤੂੰ ਜਿਸ ਨਗਰੀ ਵਿੱਚ ਵਸਦਾ ਏ ਏ ਮਨੁੱਖ ਜਿਸ ਸੰਸਾਰ ਦੇ ਵਿੱਚ ਰਹਿੰਦਾ ਹੈ ਉਸ ਪ੍ਰਮਾਤਮਾ ਦਾ ਸਿਰਜਿਆ ਹੋਇਆ ਹੈ ਇਹ ਸੰਸਾਰ ਉਸ ਦਾਤਾ ਦਾਤੇ ਦਾ ਬਣਾਇਆ ਹੋਇਆ ਹੈ ਨੀ ਘਰਿਆਂ ਵੇਖ ਗਵਾਂਢੀ ਨੂੰ ਨਿਤ ਹੁਬਦਾ ਏ ਨਿਤ ਹੱਸਦਾ ਏ ਜੇਕਰ ਤੇਰਾ ਕੋਈ ਗਵਾਂਢੀ ਬੇਕਰ ਹੋ ਜਾਵੇ ਗਰੀਬ ਹੋ ਜਾਵੇ ਤੂੰ ਉਹਨਾਂ ਨੂੰ ਦੇਖ ਕੇ ਹੱਸਦਾ ਹੈ ਤੈਨੂੰ ਉਹ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਬੂਹੇ ਤੇ ਆਏ ਫਕੀਰਾਂ ਨੂੰ ਭੁੱਖੇ ਤੇ ਨੰਗੇ ਦੱਸਦਾ ਏ ਜੇਕਰ ਕੋਈ ਫਕੀਰ ਤੇਰੇ ਦਰ ਤੇ ਮੰਗਣ ਆ ਜਾਂਦਾ ਹੈ ਤੂੰ ਉਹਨੂੰ ਨੰਗਾ ਤੇ ਭੁੱਖਾ ਕਹਿ ਕੇ ਉਸ ਦੇ ਉੱਤੇ ਜਿਹੜਾ ਹੈ ਉਸ ਨਾਲ ਨਫ਼ਰਤ ਕਰਦਾ ਹੈ ਤੇ ਉਹਨੂੰ ਤਾਨੇ ਮੇਲੇ ਮਾਰਦਾ ਹੈ ਮਾੜੇ ਦੀਆਂ ਹੱਡੀਆਂ ਪੀਂਨਾ ਏ ਤਕੜੇ ਦੀਆਂ ਤਲੀਆਂ ਚਸਦਾ ਏ ਏ ਮਨੁੱਖ ਤੂੰ ਜਿਹੜੇ ਤੇਰੇ ਤੋਂ ਕਮਜ਼ੋਰ ਹਨ ਕਰੀ ਮਜ਼ਦੂਰ ਹਨ ਉਹਨਾਂ ਦੀਆਂ ਹੱਡੀਆਂ ਪੀ ਕੇ ਖਾ ਜਾਂਦਾ ਹੈ ਤੇ ਉਹਨਾਂ ਤੋਂ ਦਾ ਭਾਅ ਬਹੁਤ ਜ਼ਿਆਦਾ ਕਮ ਲੈਣਾ ਹੈ ਪਰ ਜਦੋਂ ਕੋਈ ਤੇਰੇ ਅੱਗੇ ਤੇਰੇ ਤੋਂ ਤਕੜਾ ਮਨੁੱਖ ਮਿਲਦਾ ਹੈ ਤੂੰ ਉਸ ਦੀ ਖੁਸ਼ ਆਮਦ ਕਰਨ ਬੈਠ ਜਾਂਦਾ ਹੈ ਤਲੀਆਂ ਚਸਨਾ ਭਾਅ ਖੁਸ਼ ਆਮਦ ਕਰਨਾ ਤੈਨੂੰ ਇਸ ਤਰ੍ਹਾਂ ਦੇ ਮਨੁੱਖ ਨਹੀਂ ਤੂੰ ਖੁਸ਼ ਆਮਦ ਕਰਦਾ ਹੈ ਤਕੜੇ ਦੀ ਜੇਕਰ ਜਰਦਾ ਹੈ ਤੂੰ ਮਾਰੇ ਦੀ ਵੀ ਜਰਿਆ ਕਰ ਜੇਕਰ ਤੂੰ ਜਿਹੜੇ ਤੇਰੇ ਤੋਂ ਤਕੜੇ ਹਨ ਬਲਸ਼ਾਲੀ ਹਨ ਉਹਨਾਂ ਦੀ ਗੱਲ ਸਹਿਣ ਕਰ ਲੈਂਦਾ ਹੈ ਤਾਂ ਤੈਨੂੰ ਇਸ ਤਰ੍ਹਾਂ ਦੇ ਮਾਰੇ ਗਰੀਬ ਲੋਕਾਂ ਦੀ ਵੀ ਗੱਲ ਸਹਿਣ ਕਰਨੀ ਆਉਣੀ ਚਾਹੀਦੀ ਹੈ ਤੈਨੂੰ ਕਿਸੇ ਗਰੀਬ ਲਾਚਾਰ ਵਿਅਕਤੀ ਦਾ ਦੁੱਖ ਦਰਦ ਘਟਾਉਣਾ ਚਾਹੀਦਾ ਹੈ ਕਿਸੇ ਨਿਰਦਨ ਆਤੁਰ ਦੁਖੀਏ ਦਾ ਤੂੰ ਭਾਰ ਵੀ ਹੌਲਾ ਕਰਿਆ ਕਰ ਤੈਨੂੰ ਗਰੀਬ ਵਿਅਕਤੀ ਦਾ ਦੁੱਖ ਦਰਦ ਵੰਡਾਉਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਤੂੰ ਬੰਦਾ ਇਹ ਬੰਦਾ ਇਹ ਦੋਹਾਂ ਨੇ ਇੱਥੇ ਰਹਿਣਾ ਹੈ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਕਿ ਮਨੁੱਖ ਜਿਸ ਦਾ ਤੂੰ ਖੂਨ ਚੂਸਦਾ ਹੈ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈ ਅਤੇ ਜਿਸ ਦੀ ਮਿਹਨਤ ਦਾ ਪੈਸਾ ਤੂੰ ਖਾਂਦਾ ਹੈ ਇਕੱਠਾ ਕਰਦਾ ਹੈ ਉਹ ਵੀ ਇਨਸਾਨ ਹੈ ਤੇ ਤੂੰ ਵੀ ਇਨਸਾਨ ਹੈ ਦੋਨਾਂ ਨੇ ਇਸ ਨਗਰੀ ਵਿੱਚ ਇਸ ਦੁਨੀਆ ਤੇ ਰਹਿਣਾ ਹੈ ਤੂੰ ਤਕੜਾ ਸਹੀ ਏ ਮਾੜਾ ਸੀ ਕਮ ਮਾੜੇ ਨਾਲ ਵੀ ਪੈਣਾ ਜੇਕਰ ਤੈਨੂੰ ਲੱਗਦਾ ਕਿ ਤੂੰ ਉਹਦੇ ਨਾਲੋਂ ਤਾਕਤਵਰ ਹੈ ਅਮੀਰ ਹੈ ਤੇ ਦੂਜਾ ਸਾਹਮਣੇ ਵਾਲਾ ਕਮਜ਼ੋਰ ਹੈ ਗਰੀਬ ਹੈ ਪਰ ਤੈਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਦੇ ਨਾ ਕਦੇ ਇਸ ਤਰ੍ਹਾਂ ਦੇ ਲੋਕਾਂ ਨਾਲ ਵੀ ਸਾਡਾ ਵਾਹ ਪੈਂਦਾ ਹੈ ਇਸ ਇਹ ਲੋਕਾਂ ਨਾਲ ਵੀ ਸਾਨੂੰ ਕੰਮ ਪੈਂਦਾ ਹੈ ਤੇਰੇ ਗਲ ਚਿੱਟਾ ਕੁੜਤਾ ਏ ਕੋਈ ਇਹਨੇ ਲਾ ਨਾ ਲੈਣਾ ਏ ਜੇਕਰ ਤੂੰ ਤੂੰ ਗੱਲ ਦੇ ਵਿੱਚ ਵਧੀਆ ਸੋਹਣੇ ਚਿੱਟੇ ਕੁਰਤੇ ਪਾਏ ਹੋਏ ਹਨ ਤਾਂ ਇਸ ਨੇ ਤੇਰੇ ਇਹ ਕੁਰਤੇ ਨੇ ਜਿਹੜੇ ਉਸ ਨੂੰ ਲਾ ਨਹੀਂ ਲੈਣਾ ਇਹ ਮਿੱਟੀ ਏ ਤੂੰ ਮਿੱਟੀ ਏ ਮਿੱਟੀ ਵਿੱਚ ਰਲਣਾ ਪੈਣਾ ਏ ਇਸ ਗੱਲ ਦਾ ਮਨੁੱਖ ਤੈਨੂੰ ਜਿਹੜਾ ਹੈ ਖਿਆਲ ਹੋਣਾ ਚਾਹੀਦਾ ਹੈ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਇਹ ਸਰੀਰ ਹੈ ਜਿਹੜਾ ਸਾਡਾ ਇਹ ਮਿੱਟੀ ਹੈ ਤੇ ਇੱਕ ਦਿਨ ਇਸ ਨੇ ਮਿੱਟੀ ਨੇ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਏ ਉਹ ਹਰ ਹਰ ਦੇ ਵਿੱਚ ਵਸਦਾ ਏ ਤੂੰ ਹਰ ਦੇ ਕੋਲੋਂ ਹਰਿਆ ਕਰ ਉਹ ਪਰਮਾਤਮਾ ਉਹ ਭਗਵਾਨ ਉਹ ਹਰੀ ਹਰ ਕਣ ਦੇ ਵਿੱਚ ਵਸ ਰਿਹਾ ਹੈ ਤੈਨੂੰ ਉਸ ਕੋਲੋਂ ਡਰ ਕੇ ਰਹਿਣਾ ਚਾਹੀਦਾ ਹੈ ਕਿਸੇ ਨਿਰਦਨ ਆਤਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ ਇਸ ਲਈ ਉਸ ਪਰਮਾਤਮਾ ਤੋਂ ਡਰ ਕੇ ਤੈਨੂੰ ਗਰੀਬ ਲਾਚਾਰ ਵਿਅਕਤੀ ਦੇ ਦੁੱਖ ਦਰਦ ਬਣਾਉਣੇ ਚਾਹੀਦੇ ਹਨ ਉਸ ਦਾ ਭਾਰ ਹੌਲਾ ਕਰਨਾ ਚਾਹੀਦਾ ਹੈ ਤਾ ਕਵੀ ਕਹਿੰਦਾ ਕਿ ਸਾਰੇ ਮਨੁੱਖ ਉਸ ਪ੍ਰਮਾਤਮਾ ਦੀ ਰਚਨਾ ਹਨ ਸਾਨੂੰ ਕਿਸੇ ਨਾਲ ਜਿਹੜਾ ਭੇਦ ਭਾਗ ਹੈ ਉਹ ਨਹੀਂ ਕਰਨਾ ਚਾਹੀਦਾ ਸਗੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤੇ ਹਰੇਕ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ ਸੋ ਨਿਰਧਨ ਕਵਿਤਾ ਇਸ ਦੀ ਵਿਆਖਿਆ ਤੁਸੀਂ ਦੇਖੀ ਆਹ ਹੁਣ ਦੇਖਦੇ ਆ ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ ਪਹਿਲਾ ਹੈ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ ਤਾ ਇਸ ਦਾ ਉਤ੍ਰੇਕ ਕਵਿਤਾ ਦਾ ਕੇਂਦਰੀ ਭਾਵ ਹੈ ਕਿ ਮਨੁੱਖ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਪਦਾਰਥ ਇਕੱਠੇ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਮਨੁੱਖ ਨੂੰ ਆਪਣੀ ਸਮਰੱਥਾ ਅਨੁਸਾਰ ਗਰੀਬ ਅਤੇ ਲਾਚਾਰ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ। ਕਵੀ ਮਨੁੱਖ ਨੂੰ ਸਮਝਾਉਂਦਾ ਹੈ ਕਿ ਪ੍ਰਮਾਤਮਾ ਜਿਹੜਾ ਉਹ ਕਣ-ਕਣ ਦੇ ਵਿੱਚ ਵੱਸਦਾ ਹੈ, ਇਸ ਦੁਨੀਆ ਵਿੱਚ ਹਰ ਵਿਅਕਤੀ ਭਾਵੇਂ ਉਹ ਅਮੀਰ ਹੈ ਭਾਵੇਂ ਉਹ ਗਰੀਬ ਸਭ ਦੀ ਏਮਤ ਹੈ। ਮਨੁੱਖ ਨੂੰ ਪ੍ਰਮਾਤਮਾ ਦੇ ਸਾਰੇ ਬੰਦਿਆਂ ਨੂੰ ਇੱਕੋ ਜਿਹਾ ਮੰਨ ਕੇ ਦੁਖੀਆਂ ਅਤੇ ਲਾਚਾਰਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ। ਮਨੁੱਖ ਨੂੰ ਇਸ ਦੁਨੀਆ ਵਿੱਚ ਕਿਸ ਗੱਲ ਤੋਂ ਸੁਚੇਤ ਹੋ ਕੇ ਜਿਉਣਾ ਚਾਹੀਦਾ ਹੈ ਅਗਲਾ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਇਸ ਦੁਨੀਆ ਵਿੱਚ ਸਾਨੂੰ ਰੱਬ ਦੇ ਭਾਣੇ ਤੋਂ ਸੁਚੇਤ ਹੋ ਕੇ ਜਿਉਣਾ ਚਾਹੀਦਾ ਹੈ ਅਗਲਾ ਪ੍ਰਸ਼ਨ ਹੈ ਥੱਕੇ ਹਾਰੇ ਕੁੱਲੀਆਂ ਨੂੰ ਪ੍ਰਮਾਤਮਾ ਕੀ ਬਣਾ ਸਕਦਾ ਹੈ ਇਸ ਦਾ ਉੱਤਰ ਹੈ ਥੱਕੇ ਹਾਰੇ ਕੁੱਲੀਆਂ ਨੂੰ ਪ੍ਰਮਾਤਮਾ ਛਾ ਸਵਾਰ ਬਣਾ ਸਕਦਾ ਹੈ ਭਾ ਪ੍ਰਮਾਤਮਾ ਕਿਸੇ ਗਰੀਬ ਨੂੰ ਉੱਚਾ ਸੁਖ ਚੁੱਕ ਸਕਦਾ ਹੈ ਉਸ ਨੂੰ ਅਮੀਰ ਬਣਾ ਸਕਦਾ ਹੈ ਪ੍ਰਸ਼ਨ ਹੈ ਕਵੀ ਤੱਕੜੇ ਅਮੀਰ ਮਨੁੱਖ ਨੂੰ ਕਿਸ ਨੂੰ ਝਿੜਕਣ ਤੋਂ ਮਨਾ ਕਰਦਾ ਹੈ ਅਤੇ ਕਿਉਂ ਇਸ ਦਾ ਉੱਤਰ ਹੈ ਕਵੀ ਤੱਕੜੇ ਮਨੁੱਖ ਨੂੰ ਗਰੀਬ ਅਤੇ ਲਾਚਾਰ ਨੂੰ ਝਿੜਕਣ ਤੋਂ ਰੋਕਦਾ ਹੈ ਕਿਉਂਕਿ ਉਹ ਵੀ ਉਸੇ ਰੱਬ ਦੇ ਬਣਾਏ ਹੋਏ ਬੰਦੇ ਹਨ ਅਤੇ ਉਹ ਉਹਨਾਂ ਮਜ਼ਦੂਰਾਂ ਦੀ ਕਮਾਈ ਨੂੰ ਖਾ ਰਿਹਾ ਹੈ ਅਗਲਾ ਪ੍ਰਸ਼ਨ ਹੈ ਮਨੁੱਖ ਨੂੰ ਕਵੀ ਕਿਸ ਤਰ੍ਹਾਂ ਦੇ ਵਿਤਕਰੇ ਤੋਂ ਰੋਕਦਾ ਹੈ ਇਸ ਦਾ ਉੱਤਰ ਹੈ ਕਵੀ ਮਨੁੱਖ ਨੂੰ ਗਰੀਬ ਤੇ ਲਾਚਾਰ ਵਿਅਕਤੀਆਂ ਨਾਲ ਵਿਤਕਰਾਂ ਕਰਨ ਤੋਂ ਰੋਕਦਾ ਹੈ ਇਸ ਤੋਂ ਅਗਲਾ ਪ੍ਰਸ਼ਨ ਗੀਤ ਅਨੁਸਾਰ ਮਨੁੱਖ ਨੂੰ ਜੀਵਨ ਵਿੱਚ ਜਿਉਣ ਦਾ ਕੀ ਸੰਦੇਸ਼ ਦਿੱਤਾ ਗਿਆ ਹੈ ਇਸ ਦਾ ਉੱਤਰ ਹੈ ਕਵੀ ਇਸ ਕਵਿਤਾ ਵਿੱਚ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਗਰੀਬਾਂ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ ਮਨੁੱਖ ਨੂੰ ਰੱਬ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਗੁਜ਼ਾਰਨਾ ਚਾਹੀਦਾ ਹੈ ਅਗਲਾ ਪ੍ਰਸ਼ਨ ਇੱਕ ਇੱਕ ਕਾਵੰਦ ਹੈ ਉਸਦੇ ਉਸ ਨੂੰ ਪੜ੍ਹ ਕੇ ਫਿਰ ਉੱਤਰ ਦੇਣੇ ਹਨ ਕਾਵੰਦ ਹੈ ਕਿ ਤੇਰੇ ਪੁੱਤਰ ਵਰਗਾ ਹੈ ਜਿਸ ਨੂੰ ਤੂੰ ਝਿੜਕੀ ਜਾਣਾ ਹੈ ਭਗਵਾਨ ਇਹਦੇ ਵਿੱਚ ਵਸਦਾ ਹੈ ਭਗਵਾਨ ਨੂੰ ਕਿਉਂ ਦਬਕਾਣਾ ਹੈ ਇਸੇ ਦੇ ਪਿਓ ਦਾ ਕਰਮ ਆਇਆ ਜੋ ਅੰਦਰ ਵੜਵੜ ਖਾਨਾ ਹੈ ਆਪਣੇ ਨੂੰ ਹੀਰਾ ਕਹਿ ਕੇ ਕਿ ਬੋਝੇ ਵਿੱਚ ਹੀਰੇ ਪਾਨਾ ਹੈ ਕੁਦਰਤੀ ਏ ਸੰਗੂਰੀ ਨੂੰ ਪਸ਼ੂਆਂ ਵਾਂਗ ਨਚਰਿਆ ਕਰ ਕਿਸੇ ਨਿਰਦਨ ਯਾਤਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ ਇਨ੍ਹਾਂ ਸਤਰਾਂ ਵਿੱਚ ਕੌਣ ਕਿਸ ਨੂੰ ਝਿੜਕ ਰਿਹਾ ਹੈ ਤਾਂ ਇਸ ਦਾ ਉੱਤਰ ਇਨ੍ਹਾਂ ਸਤਰਾਂ ਵਿੱਚ ਅਮੀਰ ਬੰਦਾ ਗਰੀਬ ਦੇ ਪੁੱਤਰ ਨੂੰ ਝਿੜਕ ਰਿਹਾ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਇਨ੍ਹਾਂ ਕਾਕ ਇਸ ਕਾ ਬੰਦੇ ਆਧਾਰਿਤ ਕਵਿਤਾ ਕੜੀ ਮਨੁੱਖ ਨੂੰ ਕਿਸ ਦਾ ਭਾਰ ਹੌਲਾ ਕਰਨ ਲਈ ਕਹਿ ਰਿਹਾ ਹੈ ਕਵਿਤਾ ਕੜੀ ਮਨੁੱਖ ਨੂੰ ਗਰੀਬ ਲਚਾਰ ਦੁਖੀ ਲੋਕਾਂ ਦਾ ਭਾਰ ਹੌਲਾ ਕਰਨ ਲਈ ਕਹਿ ਰਿਹਾ ਹੈ ਪਾਠ ਦੇ ਆਧਾਰ ਤੇ ਹੀ ਅਸੀਂ ਠੀਕ ਜਾਂ ਗਲਤ ਦੱਸਣਾ ਹੈ ਕਿ ਇਹ ਜਿਹੜੇ ਵਾਕ ਦਿੱਤੇ ਹੋਏ ਹਨ ਇੱਥਾਂ ਇਹ ਠੀਕ ਹਨ ਜਾਂ ਗਲਤ ਸਹੀ ਤੇ ਗਲਤ ਦਾ ਨਿਸ਼ਾਨ ਲਗਾਉਣਾ ਹੈ ਪਹਿਲਾ ਹੈ ਪ੍ਰਮਾਤਮਾ ਅਮੀਰ ਨੂੰ ਗਰੀਬ ਬਣਾ ਸਕਦਾ ਹੈ ਇਹ ਵਾਕ ਠੀਕ ਹੈ ਕਵਿਤਾ ਦੇ ਅਨਸਾਰ ਕਿਸੇ ਲਾਚਾਰ ਵਿਅਕਤੀ ਨੂੰ ਆਪਣੀ ਹਾਲਤ ਉੱਪਰ ਨਹੀਂ ਛੱਡਣਾ ਦੇਣਾ ਚਾਹੀਦਾ ਇਹ ਵਾਕ ਵੀ ਠੀਕ ਹੈ ਕਵੀ ਕਹਿੰਦਾ ਕਿ ਸਾਨੂੰ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਤੇ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੀਸਰਾ ਹੈ ਗਰੀਬ ਨਾਲ ਭਗਵਾਨ ਨੂੰ ਕੋਈ ਹਮਦਰਦੀ ਨਹੀਂ ਹੁੰਦੀ ਇਹ ਵਾਕ ਗਲਤ ਹੈ ਤਕੜੇ ਬੰਦੇ ਨੂੰ ਮਾਰੇ ਬੰਦੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਵੀ ਗਲਤ ਹੈ ਕਰਨੀ ਚਾਹੀਦੀ ਹੈ ਪਰਮਾਤਮਾ ਕੁੱਲਿਆਂ ਨੂੰ ਵੀ ਅਮੀਰ ਬਣਾ ਦਿੰਦਾ ਹੈ ਇਹ ਵਾਕ ਠੀਕ ਹੈ ਉਸ ਤੋਂ ਅਗਲਾ ਹੈ ਚਾਰ ਸਾਡੇ ਕੋਲੇ ਸ਼ਬਦ ਦਿੱਤੇ ਹਨ ਇਹਨਾਂ ਦੇ ਅਸੀਂ ਵਿਰੋਧੀ ਸ਼ਬਦ ਲਿਖਨੇ ਹਨ ਪਹਿਲਾ ਹੈ ਨਿਰਦਨ ਇਹਦਾ ਉਲਟਾ ਹੁੰਦਾ ਹੈ ਧਨਵਾਨ ਵਸਣਾ ਉਜੜਨਾ ਮਾੜਾ ਚੰਗਾ ਹੌਲਾ ਪਾਰਾ ਇਸ ਤੋਂ ਬਾਅਦ ਵਾਕ ਬਣਾਉਣੇ ਹਨ ਫਕੀਰ ਬੂਹੇ ਤੇ ਆਏ ਫਕੀਰ ਦੀ ਮਦਦ ਕਰੋ ਨਿਰਦਨ ਨਿਰਦਨ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਕੜਾ ਤਕੜੇ ਬੰਦੇ ਨੂੰ ਮਾਰੇ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਭਗਵਾਨ ਭਗਵਾਨ ਸਬਦਾ ਪਾਲਨ ਹਾਰ ਹੈ ਖੁਸ਼ਾਮਦ ਸੰਭਲ ਮੌਤ ਮਿੱਟੀ ਖੂਨ ਪਸੀਨੇ ਇਹ ਪੰਜ ਸ਼ਬਦ ਹਨ ਤੇ ਇਹਨਾਂ ਦੀ ਮਦਦ ਨਾਲ ਹੇਠਾਂ ਪੰਜ ਵਾਕ ਪੂਰੇ ਕਰਨੇ ਹਨ ਖਾਲੀ ਥਾਵਾਂ ਭਰਨੀਆਂ ਹਨ ਪਹਿਲਾ ਹੈ ਬੰਦੇ ਨੂੰ ਖੂਨ ਪਸੀਨੇ ਦੀ ਕਮਾਈ ਕਰਨ ਵਾਲਿਆਂ ਦਾ ਸ਼ੋਸ਼ਣ ਨਾ ਕਰਨ ਲਈ ਕਿਹਾ ਗਿਆ ਹੈ ਦੂਸਰਾ ਹੈ ਇਸ ਡਾਵਾ ਡੋਲ ਦੁਨੀਆ ਵਿੱਚ ਮਨੁੱਖ ਨੂੰ ਡੈਸ਼ ਕੇ ਚੱਲਣ ਦੀ ਲੋੜ ਹੈ ਇਸ ਵਿੱਚ ਆਏਗਾ ਸੰਭਲ ਦਾ ਸੰਭਲ ਕੇ ਚੱਲਣ ਦੀ ਲੋੜ ਹੈ ਸ਼ਰੀਰ ਨੇ ਆਖਰਕਾਰ ਡੈਸ਼ ਵਿੱਚ ਮਿਲ ਜਾਣਾ ਹੈ ਇਸ ਵਿੱਚ ਆਏਗਾ ਜੀ ਮਿੱਟੀ ਕਵੀ ਬੰਦੇ ਨੂੰ ਖਾਮ ਖਾ ਤਕੜੇ ਬੰਦੇ ਦੀ ਡੈਸ਼ ਕਰਨ ਨਾ ਕਰਨ ਦੀ ਬੇਨਤੀ ਕਰਦਾ ਹੈ ਇਸ ਵਿੱਚ ਆਏਗਾ ਖੁਸ਼ਾਮਦ ਉਸ ਤੋਂ ਬਾਅਦ ਹੈ ਗੀਤ ਵਿੱਚ ਬੰਦੇ ਨੂੰ ਡੈਸ਼ ਦਾ ਡਰ ਦਿਖਾ ਕੇ ਚੰਗੇ ਕੰਮ ਕਰਨ ਲਈ ਸਮਝਾਇਆ ਗਿਆ ਤਾਂ ਇਸ ਵਿੱਚ ਆਏਗਾ ਮੌਤ ਸੋ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਅਗਰ ਤੁਹਾਡਾ ਕੋਈ ਸੁਝਾਅ ਹੈ ਵੀਡੀਓ ਨੂੰ ਲੈ ਕੇ ਤਾਂ ਜਰੂਰ ਕਮੈਂਟ ਕਰਨਾ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਲੈਣਾ। ਚੈਨਲ ਦਾ ਨਾਮ ਹੈ ਜੀ ਪੰਜਾਬੀ ਵਾਈਟ ਬੋਰਡ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਉਹਨਾਂ ਦੀ ਜਾਣਕਾਰੀ ਜਿਹੜੀ ਮਿਲਦੀ ਰਹੇ। ਵੀਡੀਓ ਦੇਖਣ ਲਈ ਇੱਕ ਵਾਰ ਫੇਰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਐਂਡ ਸ਼ੇਅਰ Also subscribe channel Punjabi Whiteboard.